ਇਹ ਸਾਡੇ ਕੋਲ ਪੰਜਵਾਂ ਨੂੰ 2019 ਨੂੰ ਹੀ ਸਰਕਾਰੀ ਸਕੂਲ ਬਦਨਾ ਵਿਖੇ ਬਾਲ ਵਿਕਾਸ ਵਾਲੇ ਆਏ ਸੀ। ਉਹਨਾਂ ਦੇ ਟੀਚਰਾਂ ਨਾਲ ਗੱਲਬਾਤ ਹੋਈ ਅਤੇ ਕੋਈ ਲੜਕੀ ਹੈਗੀ ਉਹਨੇ ਆਪਣੇ ਪਿਤਾ ਦੇ ਇਲਜ਼ਾਮ ਲਗਾਇਆ ਵੀ ਮੇਰੇ ਨਾਲ ਮੇਰਾ ਪਿਤਾ ਜਿਹੜਾ ਹੈਗਾ ਉਹ ਜਵਜਨਾ ਕਰਦਾ ਹੈ। ਜਿਸ ਦੇ ਸੰਬੰਧ ਵਿੱਚ SI ਪੁਸ਼ਪਾ ਦੇਵੀ ਮੌਕੇ 'ਤੇ ਪਾਰਟੀ ਲੈ ਗਏ ਆ ਅਤੇ ਉਹਨਾਂ ਨੇ ਉੱਥੇ ਬਿਆਨ ਲਿਖੇ ਹੈਗੇ ਅਤੇ ਬਿਆਨਾਂ ਦੇ ਆਧਾਰ 'ਤੇ ਉਸ ਕੇਸ ਦੇ ਖਿਲਾਫ 376 506 IPC ਤਹਿਤ ਅਤੇ ਪੋਸਕੋ ਐਕਟ ਤਹਿਤ ਪਰਚਾ ਦਰਜ ਕਰਤਾ। ਜੋ ਦੋਸ਼ੀ ਹੈਗਾ ਉਹ ਛੇ ਤਰੀਕ ਦਾ 6-5 ਦਾ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਅੱਜ ਪੇਸ਼ ਦਰਜ ਕੀਤਾ ਜਾਊਗਾ।